ਸ਼੍ਰੀਕਾਲ ਅੱਜ ਮੈਂ MLA ਜਲਾਲਾਬਾਦ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਸੁਣ ਰਿਹਾ ਸੀ ਔਰ ਉਹ ਕਹਿ ਰਹੇ ਸਨ ਕਿ ਇਹ ਕਿਹੜੀ ਸਰਕਾਰ ਚੱਲਣੀ ਕੀ ਚਲਾਊਗਾ ਜਿਹੜੀ ਸਰਕਾਰ ਦਿੱਲੀ ਉਹ ਚੱਲਦੀ ਹੈ। ਮੈਂ ਸੁਖਬੀਰ ਸਿੰਘ ਬਾਦਲ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸਰਦਾਰ ਸੁਖਬੀਰ ਸਿੰਘ ਜੀ, ਅਸੀਂ ਕਿਸਮਤ ਵਾਲੇ ਹਾਂ ਕਿ ਸਾਡੀ ਸਰਕਾਰ ਜਿਹੜੀ ਹੈ ਉਹ ਦਿੱਲੀਓਂ ਚੱਲਦੀ ਹੈ, ਔਰ ਜੇ ਦਿੱਲੀਓਂ ਚੱਲਦੀ ਹੈ ਤਾਂ ਅੱਜ ਤਾਂ ਹੀ ਪੰਜਾਬ ਦੇ ਅੰਦਰ ਮੇਰੇ ਵਰਗੇ ਲੋਕ, ਆਮ ਲੋਕ MLA ਨੇ ਅਤੇ ਅੱਜ ਇੱਕ ਆਮ ਵਿਅਕਤੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਜੇ ਦਿੱਲੀਓਂ ਚੱਲਦੀ ਹੈ। ਜਿਹੜੀਆਂ ਸਰਕਾਰਾਂ ਪੰਜਾਬੋਂ ਚੱਲਦੀਆਂ ਜਾਂ ਇੱਕ ਪਰਿਵਾਰ ਦੇ ਘਰੋਂ ਚੱਲਦੀ, ਜਿਵੇਂ ਕਿ ਪ੍ਰਾਈਵੇਟ ਕੋਈ ਕੰਪਨੀ ਹੁੰਦੀ ਹੈ, ਸਰਕਾਰ ਨਹੀਂ ਪ੍ਰਾਈਵੇਟ ਕੰਪਨੀ ਹੁੰਦੀ ਹੈ, ਜਿਵੇਂ ਕਿ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਹੈ, ਇੱਕ ਪ੍ਰਾਈਵੇਟ ਕੰਪਨੀ ਹੈ, ਸਰਕਾਰ ਥੋੜ੍ਹੀ ਹੈ। ਉਹਨਾਂ ਦੇ ਵਿੱਚ ਫਿਰ ਲੋਕਾਂ ਨਾਲ ਵਿਤਕਰੇ ਕੀਤੇ ਜਾਂਦੇ, ਉਹ ਕੇਵਲ ਇੱਕ ਪਰਿਵਾਰ ਦੀਆਂ ਹੋ ਕੇ ਰਹਿ ਜਾਂਦੀਆਂ। ਮੈਂ ਦੇਖਿਆ ਕਿ ਵੱਡੇ ਵੱਡੇ ਵਿਦਵਾਨ, ਵੱਡੇ ਵੱਡੇ ਲੋਕ ਜਿਨ੍ਹਾਂ ਨੇ ਅਕਾਲੀ ਦਲ ਨੂੰ ਇੱਥੋਂ ਤੱਕ ਪਹੁੰਚਾਉਣ 'ਚ ਆਪਦਾ ਵੱਡਾ ਯੋਗਦਾਨ ਪਾਇਆ, ਉਹਨਾਂ ਨੂੰ ਕਿਵੇਂ ਸਮਾਪਤ ਕੀਤਾ ਗਿਆ ਇੱਕ ਪਰਿਵਾਰ ਦੇ ਵੱਲੋਂ, ਤੁਹਾਡੇ ਵੱਲੋਂ। ਬੇਸ਼ੱਕ ਉਹ ਕੈਪਟਨ ਕਵਲਜੀਤ ਸਨ, ਬੇਸ਼ੱਕ ਉਹ ਗੁਰਚਰਨ ਸਿੰਘ ਟੌੜਾ ਸਾਹਿਬ ਸਨ, ਬੇਸ਼ੱਕ ਉਹ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਨ, ਉਹ ਤਰਸਦੇ ਰਹੇ। ਉਹਨਾਂ ਨੇ ਕਿਹਾ ਕਿ ਬੇਸ਼ੱਕ ਉਹ ਕੁਲਦੀਪ ਸਿੰਘ ਵਡਾਲਾ ਸਨ, ਉਹ ਤਰਸਦੇ ਰਹੇ ਕਿਉਂਕਿ ਉਹਨਾਂ ਲੋਕਾਂ ਨੇ ਉਹਨਾਂ 'ਚ ਸਿੱਖੀ ਜ਼ਿਆਦਾ ਸੀ, ਉਹਨਾਂ ਨੇ ਇਸ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਉਣ ਦੇ ਵਿੱਚ ਆਪਦੀਆਂ ਜਾਨਾਂ ਲਾ ਦਿੱਤੀਆਂ, ਉਮਰਾਂ ਲਾ ਦਿੱਤੀਆਂ, ਲੇਕਿਨ ਉਹਨਾਂ ਨੂੰ ਮਿਲਿਆ ਕੁਝ ਨਹੀਂ, ਉਡੀਕਦੇ ਰਹੇ। ਅਤੇ ਸਿੱਧੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਨਿਗਾਹ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਤਾਂ ਸਿੱਧੀ ਸੁਖਬੀਰ ਸਿੰਘ ਬਾਦਲ 'ਤੇ ਗਈ, ਨਾ ਉਹਨਾਂ ਦੀ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ 'ਤੇ ਨਿਗਾਹ ਗਈ, ਨਾ ਉਹਨਾਂ ਦੀ ਢੀਂਡਸਾ ਸਾਹਿਬ 'ਤੇ ਗਈ, ਨਾ ਭੂੰਦੜ ਸਾਹਿਬ 'ਤੇ ਗਈ, ਨਾ ਚੰਦੂ ਮਾਜਰਾ ਸਾਹਿਬ 'ਤੇ ਗਈ, ਨਾ ਤੋਤਾ ਸਿੰਘ 'ਤੇ ਗਈ। ਸਿੱਧੀ ਨਿਗਾਹ ਸੁਖਬੀਰ ਸਿੰਘ ਬਾਦਲ 'ਤੇ ਗਈ ਕਿਉਂਕਿ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਅਤੇ ਪ੍ਰਧਾਨ ਐਲਾਨ ਦਿੱਤਾ ਗਿਆ ਅਤੇ ਡਿਪਟੀ ਮੁੱਖ ਮੰਤਰੀ ਐਲਾਨ ਦਿੱਤਾ ਗਿਆ। ਪਰ ਚਾਰਾ ਕੋਈ ਨਹੀਂ ਸੀ, ਲੜਿਆ ਨਹੀਂ ਜਾ ਸਕਦਾ ਸੀ, ਆਵਾਜ਼ ਬੁਲੰਦ ਕਰਨ ਵਾਲੇ ਨੂੰ ਉਹਦੀ ਗਰਦਨ ਦਬਾ ਦਿੱਤੀ ਜਾਂਦੀ ਸੀ। ਮੈਨੂੰ ਯਾਦ ਹੈ ਮੈਂਬਰ ਆਫ ਪਾਰਲੀਮੈਂਟ ਸਰਦਾਰ ਜੋਰਾ ਸਿੰਘ ਮਾਨ, ਉਹਨਾਂ ਨੇ ਵਿਰੋਧ ਕੀਤਾ ਸੀ ਕਿ ਫਲਾਣੇ ਵਿਅਕਤੀ ਨੂੰ ਟਿਕਟ ਨਹੀਂ ਦੇਣੀ, ਅਤੇ ਤੁਸੀਂ ਉਹਨਾਂ ਨੂੰ ਹਾਸ਼ੀਏ 'ਤੇ ਕਰ ਦਿੱਤਾ ਗਿਆ ਸੀ। ਉਹ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਸਨ, ਤਿੰਨ ਵਾਰੀ ਬਣੇ ਸਨ, ਉਹਨਾਂ ਦੇ ਪਿੰਡ ਜਾ ਕੇ ਜੋ ਉਹਨਾਂ ਦਾ ਤੁਸੀਂ ਸਰਕਾਰ 'ਚ ਹਾਲਾਤ ਕੀਤੇ ਸੀ ਉਹ ਸਾਲ, ਉਹ ਸਾਰੀ ਦੁਨੀਆ ਜਾਣਦੀ ਹੈ, ਉਹ ਦੁਨੀਆ ਜਾਣਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਕਿਸੇ ਨੂੰ। ਮੈਨੂੰ ਇਹ ਵੀ ਯਾਦ ਹੈ ਕਿ ਪਿਛਲੀ ਸਰਕਾਰ ਦੇ ਅੰਦਰ ਤੁਸੀਂ ਗੁਲਜਾਰ ਸਿੰਘ ਰਣੀ ਕੇਸਾ ਤੋਂ ਕਿੱਦਾਂ ਅਸਤੀਫਾ ਲਿਆ ਸੀ ਕਿਉਂਕਿ ਉਹ ਗਰੀਬ ਘਰ ਨਾਲ ਸੰਬੰਧਿਤ ਸਨ, ਉਹਨਾਂ 'ਤੇ ਕੋਈ ਇਲਜ਼ਾਮ ਲੱਗਿਆ, ਤੁਸੀਂ ਉਹਨਾਂ ਤੋਂ ਅਸਤੀਫਾ ਲੈ ਲਿਆ ਗਿਆ। ਫਿਰ ਮੈਨੂੰ ਇਹ ਵੀ ਯਾਦ ਹੈ ਕਿ ਸਰਵਨ ਸਿੰਘ ਫਲੌਰ, ਉਹਨਾਂ 'ਤੇ ਇਲਜ਼ਾਮ ਥੋੜ੍ਹੇ ਜਿਹੇ ਲੱਗੇ ਤਾਂ ਤੁਸੀਂ ਉਹਨਾਂ ਤੋਂ ਅਸਤੀਫਾ ਲੈ ਲਿਆ ਗਿਆ। ਪਰ ਜਦੋਂ ਆਪਣੇ ਸਾਲਾ ਸਾਹਿਬ ਦੀ ਵਾਰੀ ਆਈ, ਸਾਲਾ ਸਾਹਿਬ ਤੁਸੀਂ ਉਹਨਾਂ 'ਤੇ ਗੰਭੀਰ ਇਲਜ਼ਾਮ ਲੱਗੇ, ਤੁਹਾਨੂੰ ਪਤਾ ਹੀ ਹੈ, ਅਤੇ ਤੁਸੀਂ ਅਗਲੇ ਦਿਨ ਕਲੀਨ ਚਿੱਟ ਦੇ ਕੇ ਅਤੇ ਸਾਲਾ ਸਾਹਿਬ ਨੂੰ ਆਂਚ ਨਹੀਂ ਆਉਣ ਦਿੱਤੀ। ਆਂਚ ਉਹਨਾਂ ਦੀ ਕੁਆਲੀਫਿਕੇਸ਼ਨ ਕੀ ਹੈ ਕਿ ਉਹ ਸਰਦਾਰ ਸੁਖਬੀਰ ਸਿੰਘ ਦੇ ਸਾਲਾ ਸਾਹਿਬ ਹੈ, ਇਹੀ ਕੱਲੀ ਕੁਆਲੀਫਿਕੇਸ਼ਨ ਹੈ। ਉਹਨਾਂ ਨੇ ਰਣਜੀਤ ਸਿੰਘ ਬ੍ਰਹਮਪੁਰੇ ਵਰਗੇ ਬੰਦਿਆਂ ਦਾ ਰਾਜਨੀਤਿਕ ਜੀਵਨ ਤਬਾਹ ਕਰਤਾ, ਉਹਨਾਂ ਨੇ ਸੇਵਾ ਸਿੰਘ ਸ਼ੇਖਾਵਾਂ ਵਰਗੇ ਬੰਦਿਆਂ ਨੂੰ ਉੱਥੇ ਮਾਝੇ ਦੇ ਵਿੱਚ ਉਹਨਾਂ ਨੇ ਦੱਬਣ ਦਾ ਕੰਮ ਕੀਤਾ, ਵੱਡੇ ਵੱਡੇ ਲੋਕਾਂ ਨੂੰ, ਕੋਈ ਇੱਕ ਨੂੰ ਨਹੀਂ। ਈਵਨ ਕਿ ਅੱਜ ਉਹਨਾਂ ਤੋਂ ਤੰਗ ਪਰੇਸ਼ਾਨ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ। ਸੋ ਇਹ ਸਾਡੀ ਪਾਰਟੀ ਹੈ ਜਿਹੜੀ ਕਿਸੇ ਵਿਅਕਤੀ ਨੂੰ, ਕੋਈ ਤੀਜੇ ਬੰਦੇ ਨੂੰ ਚੀਜ਼ ਦੇ ਸਕਦੀ। ਇਹ ਸੋਨੀਆ ਗਾਂਧੀ ਹੈ ਜਿਹੜੇ ਆਪਦੀ ਕੁਰਸੀ ਛੱਡ ਕੇ ਡਾਕਟਰ ਮਨਮੋਹਨ ਸਿੰਘ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਸਕਦੀ, ਉਹ ਵੀ 10 ਸਾਲ। ਕੀ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ 10 ਸਾਲਾਂ 'ਚ ਨਹੀਂ ਬਣ ਸਕਦੇ ਸੀ? ਕੀ ਰਾਹੁਲ ਗਾਂਧੀ ਕੇਂਦਰੀ ਮੰਤਰੀ ਨਹੀਂ ਬਣ ਸਕਦੇ ਸੀ? ਅਤੇ ਤੁਸੀਂ, ਤੁਹਾਡੇ ਕੋਲ ਦਾਅ ਲੱਗਿਆ ਅੱਜ ਸੁਖਦੇਵ ਸਿੰਘ ਢੀਂਡਸਾ ਸਾਹਿਬ ਕਿਉਂ ਨਾਰਾਜ਼ ਨੇ?
ਉਹ ਇਸ ਕਰਕੇ ਨਾਰਾਜ਼ ਨੇ ਕਿ ਜਦੋਂ ਹਰਸਿਮਰਤ ਕੌਰ ਬਾਦਲ ਨੂੰ ਤੁਸੀਂ ਕੇਂਦਰੀ ਮੰਤਰੀ ਬਣਾਇਆ, ਰਣਜੀਤ ਸਿੰਘ ਬ੍ਰਹਮਪੁਰਾ ਉਹਨਾਂ ਤੋਂ ਸੀਨੀਅਰ ਵਿਅਕਤੀ ਸਨ, ਉਹ ਵਿਚਾਰੇ ਉਡੀਕਦੇ ਰਹੇ ਵੀ ਮੇਰੀ ਵਾਰੀ ਆਊਗੀ, ਲੇਕਿਨ ਤੁਸੀਂ ਹਰਸਿਮਰਤ ਕੌਰ ਬਾਦਲ ਜੀ ਕਿਉਂਕਿ ਤੁਹਾਡੀ ਧਰਮ ਪਤਨੀ ਹੈ ਉਹਨਾਂ ਨੂੰ ਬਣਾ ਦਿੱਤਾ ਗਿਆ। ਤੇ ਮੈਨੂੰ ਇਹ ਵੀ ਪਤਾ ਕਿ ਜਦੋਂ ਵਾਜਪਾਈ ਜੀ ਦੀ ਸਰਕਾਰ ਸੀ ਤੁਸੀਂ ਇੰਡਸਟਰੀ ਮਿਨਿਸਟਰ ਸਨ, ਸੋ ਉਦੋਂ ਅਕਾਲੀ ਦਲ ਦੇ ਵੱਡੇ ਲੀਡਰ ਕਿਵੇਂ ਵਿਚਾਰੇ ਕੇਂਦਰ ਮੰਤਰੀ ਬਣੇ ਸਨ? ਉਹ ਤੁਹਾਡੀ ਕਿਰਪਾ ਨਾਲ ਨਹੀਂ ਬਣੇ, ਉਹ ਵਾਜਪਾਈ ਸਾਹਿਬ ਦੀ ਕਿਰਪਾ ਦੇ ਨਾਲ ਬਣੇ ਸੀ। ਮੈਨੂੰ ਉਹ ਸਾਰੀ ਗੱਲ ਘਟਨਾ ਕਰਨ ਦਾ ਪਤਾ ਹੈ ਕਿ ਕਿੰਨੀ ਤਕਲੀਫ ਹੋਈ ਸੀ ਕਿ ਸਾਡੇ ਤੋਂ ਬਿਨਾਂ ਹੋਰ ਕੋਈ ਪੰਜਾਬ ਦਾ ਵਿਅਕਤੀ ਸਾਡੇ ਟੀਮ 'ਚੋਂ ਕਿਵੇਂ ਬਣ ਸਕਦਾ। ਸੋ ਅੱਜ ਮੈਂ ਵੇਖਦਾ ਹੈ ਸਰਦਾਰ ਤੋਤਾ ਸਿੰਘ ਅਤੇ ਉਹਨਾਂ ਦੇ ਮੁੰਡੇ ਨੂੰ ਟਿਕਟ, ਫਲਾਨਾ ਬੰਦਾ ਅਤੇ ਫਲਾਣੇ ਬੰਦੇ ਨੂੰ ਟਿਕਟ, ਕੱਲ੍ਹ ਨੂੰ ਚੰਦੂ ਮਾਜਰਾ ਸਾਹਿਬ ਅਤੇ ਉਹਨਾਂ ਦੇ ਬੇਟੇ ਨੂੰ ਟਿਕਟ। ਇਹ ਕਾਂਗਰਸ ਪਾਰਟੀ ਹੀ ਐਸੀ ਸੋਚ ਰੱਖ ਸਕਦੀ ਹੈ? ਨਹੀਂ, ਇਹ ਭਾਈ ਭਤੀਜਾਵਾਦ, ਪਰਿਵਾਰਵਾਦ ਕਿ ਆਦੇਸ਼ ਪ੍ਰਤਾਪ ਸਿੰਘ ਦੀ ਪੱਕੀ ਸੀਟ ਹੈ, ਇਹ ਫਲਾਣਾ ਸਿੰਘ ਦੀ, ਮਜੀਠੀਆ ਸਾਹਿਬ ਦੀ, ਹੁਣ ਮੈਂ ਸੁਣ ਰਿਹਾ ਕਿ ਮਜੀਠੀਆ ਸਾਹਿਬ ਦੇ ਭਾਈ ਸਾਹਿਬ ਵੀ ਲਾਂਚ ਹੋ ਰਹੇ ਨੇ। ਹੁਣ ਮੈਂ ਇਹ ਵੀ ਸੋਚ ਰਿਹਾ ਕਿ ਹਰਸਿਮਰਤ ਕੌਰ ਬਾਦਲ ਸਾਹਿਬ ਵੀ ਚੋਣਾਂ ਲੜ ਰਹੇ ਨੇ, ਕਿਉਂਕਿ ਤੁਹਾਨੂੰ ਲੱਗਦਾ ਕਿ ਕਿਸੇ ਹੋਰ ਨੂੰ ਜਗ੍ਹਾ ਦੇ ਨਾ ਦਿੱਤੀ ਜਾਵੇ। ਸੋ ਇਹ ਪ੍ਰਾਈਵੇਟ ਜਿਹੜੀ ਕੰਪਨੀ ਹੈ ਨਾ ਬਾਦਲ ਸਾਹਿਬ, ਇਹ ਹੁਣ ਖਤਮ ਹੋਣ ਦੇ ਕਿਨਾਰੇ 'ਤੇ ਹੈ। ਤੁਹਾਡੇ 'ਚ ਜ਼ਰੂਰਤ ਹੈ, ਤੁਹਾਡੇ 'ਚ ਜ਼ਰੂਰਤ ਕਿਸੇ ਆਮ ਵਿਅਕਤੀ ਨੂੰ ਮੁੱਖ ਮੰਤਰੀ ਐਲਾਨਣ ਦੀ? ਤਾਂ ਮੈਂ ਤੁਹਾਡਾ ਧੰਨਵਾਦ ਕਰੂੰਗਾ, ਆ ਕੇ ਤੁਹਾਡੇ ਕੋਲ ਚੱਲ ਕੇ ਆਵਾਂਗਾ, ਐਲਾਨ ਕਰਕੇ ਦਿਖਾਓ ਕਿ ਤੁਸੀਂ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ, ਸੱਤਾ ਤੁਹਾਡੇ ਹੱਥ ਵਿੱਚ ਹੈ, ਕੀ ਤੁਹਾਡੇ 'ਚ ਇਹ ਜ਼ਰੂਰਤ ਹੈਗੀ ਹੈ, ਇਹ ਹੌਸਲਾ ਹੈਗਾ ਕਿ ਪੰਜਾਬ ਦੇ ਕਿਸੇ ਹੋਰ ਵਿਅਕਤੀ ਨੂੰ ਤੁਸੀਂ ਕਹੋ ਕਿ ਅਗਲਾ ਪੰਜਾਬ ਦਾ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦਾ ਇਹ ਹੋਏਗਾ? ਇਹ ਜ਼ਰੂਰਤ ਕੇਵਲ ਕਾਂਗਰਸ ਪਾਰਟੀ 'ਚ ਹੈ, ਰਾਹੁਲ ਗਾਂਧੀ 'ਚ ਹੈ, ਸੋਨੀਆ ਗਾਂਧੀ 'ਚ ਹੈ, ਜਿਸ ਪਰਿਵਾਰ ਨੂੰ ਤੁਸੀਂ ਇਹ ਗੱਲ ਕਹਿੰਦੇ, ਜਿਸ ਪਰਿਵਾਰ ਦੀ ਤੁਸੀਂ ਗੱਲ ਕਰਦੇ ਹੋ, ਉਸ ਪਰਿਵਾਰ ਨੇ ਹਮੇਸ਼ਾ ਸਿੱਖਾਂ ਦੀ ਲੜਾਈ ਲੜੀ। ਬੇਸ਼ੱਕ ਗਿਆਨੀ ਜੈਲ ਸਿੰਘ ਨੂੰ ਬਣਾਇਆ, ਦੇਸ਼ ਦਾ ਰਾਸ਼ਟਰਪਤੀ ਬਣਾਇਆ, ਬੇਸ਼ੱਕ ਬੂਟਾ ਸਿੰਘ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ, ਬੇਸ਼ੱਕ ਮੋਂਟੇਜ ਸਿੰਘ ਆਲੂਵਾਲੀਆ ਸਾਹਿਬ ਨੂੰ ਬਣਾਇਆ ਪਲੈਨਿੰਗ ਕਮਿਸ਼ਨ ਦਾ ਚੇਅਰਮੈਨ, ਅਤੇ ਬੇਸ਼ੱਕ ਫੌਜਾਂ ਦਾ ਜਰਨੈਲ ਕਾਂਗਰਸ ਪਾਰਟੀ ਦੇ ਰਾਜ ਵਿੱਚ ਭਾਗ ਵਾਲਾ ਵਿਅਕਤੀ ਬਣਾਇਆ। ਸੋ ਮੈਂ ਸਮਝਦਾ ਹਾਂ ਕਿ ਬਹੁਤ ਵੱਡੀ ਤਰਜੀਹ ਉਹਨਾਂ ਨੇ ਦਿੱਤੀ, ਲੇਕਿਨ ਆਪਦਾ ਕੁਝ ਬੋਲਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਸਾਹਿਬ ਜ਼ਰਾ ਜ਼ਰੂਰ ਸੋਚ ਲਿਆ ਕਰੋ ਕਿ ਮੈਂ ਕੀ ਬੋਲ ਰਿਹਾ, ਕੀ ਕਹਿ ਰਿਹਾ, ਕੀ ਕਹਿ ਰਿਹਾ। ਔਰ ਮੈਨੂੰ ਚੰਗਾ ਲੱਗੇਗਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਔਰ ਲੋਕਾਂ ਨੂੰ ਵੀ ਚੰਗਾ ਲੱਗੇਗਾ, ਔਰ ਜਿਹੜੇ ਸ਼੍ਰੋਮਣੀ ਅਕਾਲੀ ਦਲ 'ਚ ਹੈਗੇ ਆ ਉਹ ਇਹ ਆਪਦੇ ਆਪ ਨੂੰ ਮਾਣ ਮਹਿਸੂਸ ਕਰਨਗੇ ਅਗਰ ਤੁਸੀਂ ਇਹ ਗੱਲ ਐਲਾਨ ਦਿਓ ਕਿ ਅਗਲਾ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦਾ ਫਲਾਨਾ ਵਰਕਰ ਹੋਵੇਗਾ, ਨਾ ਕਿ ਸੁਖਬੀਰ ਸਿੰਘ ਬਾਦਲ ਹੋਵੇਗਾ। ਤੁਸੀਂ ਤਾਂ ਹੁਣ ਆਪਦੇ ਸਾਡਾ ਬੇਟਿਆਂ ਦੇ ਸਮਾਨ ਹੈ, ਮੈਂ ਤਾਂ ਸੋਚਿਆ ਮੈਨੂੰ ਕਹਿੰਦੇ ਫਰਜੰਦ ਨੂੰ ਵੀ ਲਾਂਚ ਕਰਤਾ, ਹੁਣ ਵੀ ਸੁਖਬੀਰ ਤੋਂ ਬਾਅਦ ਹੁਣ ਵੱਡੇ ਵੱਡੇ ਮੈਂ ਦੇਖਿਆ 50-60 ਸਾਲ ਦੇ ਬੰਦੇ ਉਹ ਸਾਡੇ ਪੁੱਤਰ ਦੇ ਮੂੰਹ ਦੇ ਵਿੱਚ ਉਹ ਲੱਡੂ ਪਾਈ ਜਾਂਦੇ ਹੈ, ਹੁਣ ਮਤਲਬ ਕਿ ਉਹਨੂੰ ਵਾਰਸ, ਅਗਲਾ ਵਾਰਸ ਵੀ ਤੁਸੀਂ ਤਾਂ ਉਲੀਕਣ ਜਾ ਰਹੇ ਹੋ। ਥੋੜ੍ਹਾ ਵੱਡਾ ਦਿਲ ਰੱਖੋ, ਥੋੜ੍ਹਾ ਵੱਡਾ ਦਿਲ ਕਿ ਕਿਸੇ ਆਮ ਵਿਅਕਤੀ ਨੂੰ ਮੌਕਾ ਦਿਓ। ਔਰ ਮੈਂ ਸਲੂਟ ਕਰਦਾ ਹਾਂ ਕਾਂਗਰਸ ਪਾਰਟੀ ਨੂੰ, ਔਰ ਰਾਹੁਲ ਗਾਂਧੀ ਨੂੰ, ਔਰ ਸੋਨੀਆ ਗਾਂਧੀ ਨੂੰ, ਜਿਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਵਰਗੇ ਆਮ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਧੰਨਵਾਦ।